ਆਪਦੇ ਦੇਸ਼ ਚ ਆਪਦੇ ਖੇਤ ਚ ਆਪ ਦਾ ਟਰੈਕਟਰ ਚਲਾਉਣਾ ਅੱਜ ਔਖਾ ਲੱਗ ਰਿਹਾ ਨਾ ਜ ਨੂੰ ਬਗਾਨੇ ਦੇਸ਼ ਚ ਬਗਾਨਾ ਟਰੱਕ ਚਲਾਉਣਾ ਸੌਖਾ ਲੱਗ ਰਿਹਾ। ਹੂੰ ਮਤਲਬ ਆਪਦੇ ਖੇਤ ਜਾਂ ਦੀ ਸ਼ਰਮ ਮਹਿਸੂਸ ਕਰਦੇ ਆਪਾਂ ਕਾਦੀ ਸ਼ਰਮ। ਉੱਥੇ ਆਪਾਂ ਦਿਹਾੜੀ ਕਰਨ ਲੱਗ ਰਹੇ ਹਾਂਗੇ। ਹੂੰ ਹੂੰ ਮਤਲਬ ਆਪਦੇ ਸਰਦਾਰੀ ਛੱਡ ਕੇ ਆਪਾਂ ਦਿਹਾੜੀ ਕਰਨ ਨੂੰ ਮਜਬੂਰ ਆਂ। ਪਰ ਇਹ ਸਮਝ ਨਹੀਂ ਆਉਂਦੀ ਜਿਹਦੇ ਨੌਜਵਾਨਾਂ ਨੂੰ ਕਿਉਂ ਉੱਥੇ ਵੀ ਕਹਿੰਦੇ ਜਾ ਕੇ ਸੁਖਾਲਾ ਤਾਂ ਨਹੀਂ ਕੋਈ। ਮੈਨੂੰ ਤਾਂ ਉੱਥੇ ਵੀ ਕਰਨੀ ਪੈਂਦੀ ਐ। ਇੱਥੋਂ ਵੱਧ ਕਰਨੀ ਪੈਂਦੀ ਐ। ਹੂੰ ਫੇਰ ਵੀ ਜਾਣਾ ਹੈ। अच्छा एक चीज ਤੁਸੀਂ ਹੋਰ ਇਹਦੇ ਵਿੱਚ ਲਿਖਿਆ ਜਿੱਦਾਂ ਆਪਾਂ ਆਫਟੀ ਰਿਕਾਰਡ ਗੱਲ ਕਰ ਰਹੇ ਸੀ ਕਿ ਰਿਸ਼ਤਿਆਂ ਦੀਆਂ ਤੰਦਾਂ ਜਿਹੜੀਆਂ ਨੇ ਉਹ ਵੀ ਟੁੱਟਦੀਆਂ ਨੇ ਰਿਸ਼ਤੇ ਤਾਂ ਉੱਥੇ ਆਪਾਂ ਨੂੰ ਪਤਾ ਹੀ ਹੈ ਬਾਈ ਜੀ ਇੰਨੀਆਂ ਸ਼ਿਫਟਾਂ ਚੱਲਦੀਆਂ ਗਿਆ ਤੜਕੇ ਤੋਂ ਲੈ ਕੇ ਆਥਨ ਦੇ ਕਿ ਸ਼ਿਫਟਾਂ ਲਾਉਂਦੇ ਆ ਘਰੇ ਇੱਕ ਪਰਿਵਾਰ ਇਕੱਠਾ ਨਹੀਂ ਹੁੰਦਾ ਉੱਥੇ ਇੱਥੇ ਅੱਜ ਆਪਾਂ ਦੇਖਦੇ ਆਂ ਵਿਆਹਾਂ ਤੇ ਕਹਿ ਲਓ ਵੀ ਇਕੱਠੇ ਹੋ ਜਾਂਦੇ ਆ ਮਤਲਬ ਕੋਈ ਦੁੱਖ ਮੁਸੀਬਤ ਆਉਂਦੀ ਹੈ ਭੱਜ ਕੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਮਾੜੀ ਜਿਹੀ ਖੁਸ਼ੀ ਹੁੰਦੀ ਹੈ ਚਾਰ ਆਪਾਂ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਆ ਜਨਮ ਦਿਨ ਦੀਆਂ ਪਾਰਟੀਆਂ ਕਰ ਲੈਂਦੇ ਉੱਥੇ ਆਪਾਂ ਨੂੰ ਟਾਈਮ ਹੀ ਹੈ ਨਹੀਂ ਕਿਸੇ ਕੋਲੇ ਹਮ ਸਾਰੇ ਦਿਨ ਆਪਾਂ ਸ਼ਿਫਟ ਤੜਕੇ ਜਾਂਦੇ ਆ ਥਣੇ ਆਉਣੇ ਆ ਕੇ ਪੈ ਗਏ ਫਿਰ ਖਾਣਾ ਵੀ ਆਪ ਬਣਾਉਣਾ ਇੱਥੇ ਕਹ ਲਓ ਮਾਂ ਦੇ ਛਾਬੇ ਚ ਚੱਕ ਕੇ ਖਾਣੇ ਆ ਆਪ ਦਾ ਕੰਮ ਕਰੀਏ ਸ਼ਾਮ ਨੂੰ ਆ ਕੇ ਘਰੇ ਮਾਂ ਦੇ ਛਾਬੇ ਚ ਚੱਕ ਕੇ ਰੋਟੀ ਖਾਈਏ ਹਮ ਮਤਲਬ ਪਰ ਬਣਾਟ ਸਭ ਇੱਕ ਚੀਜ਼ ਹੋ ਰਹਾ ਮਤਲਬ ਉਹ ਮੁਲਕਾਂ ਦੇ ਵਿੱਚ ਠੰਡੇ ਮੁਲਕਾਂ ਦੇ ਵਿੱਚ ਸੋਹਣੇ ਮੁਲਕ ਆ ਪਾਖ ਦਿੰਦੇ ਆ ਕਹਿ ਦਿੰਦੇ ਆ ਕਿ ਭਈ ਉਹ ਮੁਲਕ ਬੜੇ ਸੋਹਣੇ ਆ ਸਾਡਾ ਦੇਸ਼ ਜਿਹੜਾ ਇੰਨਾ ਸੋਹਣਾ ਨਹੀਂ ਉਹ ਸੋਹਣੇ ਮੁਲਕਾਂ ਦੇ ਵਿੱਚ ਇਹੋ ਜੀ ਚੀਜ਼ ਕੀ ਕਿਹੜੀ ਆ ਕਿ ਜਿਹੜੀ ਸਾਨੂੰ ਖਿੱਚਦੀ ਆ ਤੇ ਜਿਹੜਾ ਉੱਥੇ ਜਾ ਬੜਦਾ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਆ ਇਹ ਦੇ ਵਿੱਚ ਬਈ ਮੈਂ ਇੱਕ ਹੋਰ ਚੀਜ਼ ਵੀ ਲਿਖੀ ਆ ਵੀ ਮੋਬਾਈਲ ਵੀ ਬਹੁਤ ਵੱਡਾ ਯੋਗਦਾਨ ਦੇ ਰਿਹਾ ਸੋਸ਼ਲ ਮੀਡੀਆ ਚਲੋ ਜਿੰਨਾ 유ਸਫੁਲ ਹੈ ਉਹਨਾਂ ਨੁਕਸਾਨ ਦੇ ਵੀ ਹੈ ਇੱਥੋਂ ਕੋਈ ਮੁੰਡਾ ਚਲਾ ਜਾਂਦਾ ਚਲੋ ਜਿਹਨੂੰ ਜ਼ਰੂਰਤ ਹੈ ਉਹ ਜਾਵੇ ਵੀ ਮੈਕ ਜੀ ਹੋਰ ਵੀ ਲਿਖੀ ਸੀ ਵੀ 24 24 ਘੰਟੇ ਉੱਥੇ ਜਾ ਕੇ ਡਰਾਈਵਰੀ ਕਰਦਾ ਉਹ ਤਾਂ ਬਾਹਰ ਨਾ ਜਾਵੇ ਜੀ ਦਾ ਤਾਂ ਇੱਥੇ ਸਰਦਾ ਮੰਨਣਾ ਤਾਂ ਮੰਨੋ ਬਰਾੜ ਦੀਪ ਨੇ ਸੱਚੀ ਕਹਿਤੀ ਜੇ ਸਾਰੇ ਹੀ ਬਾਹਰ ਨੁੱਤਰ ਗਏ ਕੌਣ ਕਰੂਗਾ ਖੇਤੀ ਕੀ ਬਾਤ ਜਾ ਕਹ ਲੋ ਨੌਜਵਾਨ ਕੀ ਸੋਚਦੇ ਵੀ ਇੱਥੇ ਤਾਂ ਹੁਣ ਦਿਲ ਨਹੀਂ ਲੱਗਦਾ ਆਜੇ ਵੀ ਜਾ ਛੇਤੀ ਜੇ ਸਾਰੇ ਹੀ ਬਾਹਰ ਨੁੱਤਰ ਗਏ ਕੌਣ ਕਰੂਗਾ ਖੇਤੀ ਮਤਲਬ ਜੇ ਸਾਰੇ ਬਾਹਰ ਨੁੱਤਰ ਗਏ ਇੱਥੇ ਮਤਲਬ ਤੁਸੀਂ ਜਿਹੜਾ ਸਵਾਲ ਕਰਿਆ ਵੀ ਠੀਕ ਹੈ ਲਿਵਿੰਗ ਸਟੈਂਡਰਡ ਵਧੀਆ ਉੱਥੋਂ ਲਾਈਫ ਸਟਾਈਲ ਵਧੀਆ ਉੱਥੋਂ ਦਾ ਕਿਉਂ ਵਧੀਆ ਕਿਉਂਕਿ ਸਾਰੇ ਉੱਥੇ ਕਾਨੂੰਨ ਨੂੰ ਫੋਲੋ ਕਰਦੇ ਆ ਇੱਕ ਇੰਸਟੀਚਿਊਟ ਹੈ ਇੱਕ ਮਤਲਬ ਕਨਸਟੀਟਿਊਸ਼ਨ ਨੂੰ ਫੋਲੋ ਕਰਦੇ ਆ ਆਪਾਂ ਕੀ ਕਰਦੇ ਆ ਟ੍ਰੈਫਿਕ ਦਾ ਹੀ ਲਾ ਲਿਆ ਆਪਾਂ ਹੂੰ ਆਪਣੇ ਲੋਕਲ ਹੈ ਆਪਾਂ ਕਿਤੇ ਸੀਟ ਬੈਲਟ ਨਹੀਂ ਲਾਈ ਕਾਗਜ਼ ਪੱਤਰ ਨਹੀਂ ਆਪਾਂ ਦੇਖਿਆ ਕਦੇ ਪਰ ਜਦੋਂ ਚੰਡੀਗੜ੍ਹ ਜਾਣਾ ਹੋਵੇ 10 ਕਿਲੋਮੀਟਰ ਪਹਿਲਾਂ ਹੀ ਆਪਾਂ ਬੈਲਟਾਂ ਲਾ ਲੈਣੇ ਆ ਪੋਲੂਸ਼ਨ ਚੈੱਕ ਕਰ ਲੈਣੇ ਹੈਗਾ ਕਿ ਨਹੀਂ ਕੈਮਰੇ ਲੱਗੇ ਹੋਏ ਆ ਅੱਜਕੱਲ ਵੀ 60 ਤੋਂ ਉੱਤੇ ਨਾ ਚ ਪਾਈ ਮਤਲਬ ਜੇ ਸਰਕਾਰ ਨੇ ਵੀ ਇੱਕ ਇਹਦੇ ਵਿੱਚ ਦੂਜਾ ਪੱਖ ਵੀ ਰੱਖਿਆ ਵੀ ਠੀਕ ਹੈ ਉਰੇ ਜੇ ਰੱਖਣਾ ਨੌਜਵਾਨਾਂ ਨੂੰ ਉਹਨਾਂ ਨੂੰ ਸੁਵਿਧਾ ਵੀ ਮਿਲੇ ਹੂੰ ਇਹ ਵੀ ਚੀਜ਼ ਲਿਖਿਆ ਵੀ ਜੇ ਸਬਸਿਡੀਆਂ ਸਰਕਾਰ ਦਿੰਦੀ ਹੈ ਹੂੰ ਉਹ ਜਿਹਨੂੰ ਜ਼ਰੂਰਤ ਹੁੰਦੀ ਹੈ ਉਹਦੇ ਤੱਕ ਪਹੁੰਚਦੀ ਨਹੀਂ ਹੂੰ ਉਹ ਜਿਹੜੇ 10 15% ਲੋਕ ਜਿਹੜੇ ਬਾਹਰ ਅੰਦਰ ਤੁਰੇ ਫਿਰਦੇ ਆ ਅੰਦਰ ਆਫਿਸਰਾਂ 'ਚ ਜਾਂਦੇ ਆ ਉਹ ਆਪ ਹੀ ਫਾਰਮ ਭਰਦੇ ਆ ਆਪ ਹੀ ਕੱਢ ਲੈਂਦੇ ਤੇ ਆਪ ਹੀ ਚਲਾ ਲੈਂਦੇ ਜਿਹੜਾ ਕਿਸਾਨ ਖੇਤੋਂ ਘਰੇ ਘਰੋਂ ਖੇਤ ਜਾਂਦਾ ਉਹਨੂੰ ਟਰੈਕਟਰ ਦੀ ਲੋੜ ਆ ਸੰਦਾਂ ਦੀ ਲੋੜ ਆ ਸਬਸਿਡੀ ਨਾ ਤਾਂ ਉਹਨੂੰ ਪਤਾ ਲੱਗਦਾ ਫਿਰ ਜੇ ਪਤਾ ਲੱਗ ਜਾਵੇ ਗੇੜੇ ਇੰਨੇ ਮਾਰਨੇ ਪੈਂਦੇ ਆ ਜੀ ਅਫਸਰਾਂ ਸਰਕਾਰੀ ਅਫਸਰਾਂ ਦੇ ਵਿੱਚ ਅੱਜ ਇਹ ਹੈ ਜੀ ਅੱਜ ਜਾਇਆ ਕਰੋ ਜੀ ਅੱਜ ਪਾਸ ਕਰਾਓ ਜੇ ਜਾ ਲਿਓ ਜੀ ਮਤਲਬ ਅੱਕ ਕੇ ਛੱਡ ਹੀ ਦਿੰਦਾ ਵੀ ਆਪਾਂ ਤਾਂ ਸਿੱਧੇ ਹੀ ਲੈ ਲਓ ਇੰਨੇ ਤੰਗ ਹੋਣ ਨਾਲ ਤਾਂ ਆਪਾਂ ਸਿੱਧੇ ਹੀ ਠੀਕ ਹੈ ਹੂੰ